ਸ਼ਲੋਕ ਨਾਰਾਇਣ ਨਾ ਸਿਮਰਿਓ ਮੋਇ ਸਵਾਦ ਬਿਕਾਰ ਨਾਨਕ ਨਾਮ ਵਿਸਾਰੇ ਨਰਕ ਸੁਰਗ ਉਪਤਾਰ ਪਉੜੀ ਨੌਮੀ ਨਵੇਂ ਛਿਦਰ ਅਪਵੀਤ ਹਰ ਨਾਮ ਨ ਜਪੈ ਕਰਤ ਬਿਪਰੀਤ ਪਰ ਤ੍ਰੇ ਰਮੈ ਬਕੈ ਸਾਧ ਨਿੰਦ ਕਰਨ ਸੁਨਈ ਹਰ ਜਸ ਬਿੰਦ ਹਿਰੇ ਪਰ ਦਰਬ ਉਦਰ ਕੇ ਤਾਈ ਅਗਨ ਨੰਨੀ ਬਲੇ ਕ੍ਰਿਸ਼ਨ ਨਾਮ ਬੁਝਾਈ ਹਰ ਸੇਵਾ ਬਿਨ ਇਹ ਫਲ ਲਾਗੇ ਨਾਨਕ ਪ੍ਰਭ ਵਿਸਰਤ ਮਰ ਜਮੇ ਅਪਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰਬਾਣੀ ਅੰਦਰ ਗੁਰਦੇਵ ਨੇ ਇਹ ਗੱਲ ਸਮਝਾਉਣ ਦੀ ਕਿਰਪਾ ਕੀਤੀ ਕਿ ਪੂਰਾ ਸਤਿਗੁਰੂ ਜੋ ਹੈ ਉਹ ਪੂਰਾ ਵੈਦ ਹੈ। ਔਰ ਸਿਆਣੇ ਵੈਦ ਦੀ ਸਿਫਤ ਹੈ ਕਿ ਰੋਗਦਾਰੂ ਦੋਵੇਂ 부ਝੇ ਤਾਂ ਵੈਦ ਸੁਜਾਨ ਸੁਜਾਨ ਦਾ ਮਤਲਬ ਹੈ ਸਿਆਣਾ ਚੰਗੀ ਤਰ੍ਹਾਂ ਜਾਣਨ ਵਾਲਾ ਸ਼ਿਆਣਾ ਵੈਦ ਉਸ ਨੂੰ ਕਿਹਾ ਜਾਂਦਾ ਹੈ ਜਿਹੜਾ ਰੋਗ ਤੇ دارو ਬਿਮਾਰੀ ਵੀ ਲੱਭ ਲਵੇ ਤੇ ਉਹਦਾ دارو ਵੀ ਦੱਸੇ ਤੇ ਸਤਿਗੁਰੂ ਪੂਰਾ ਵੈਦ ਹੈ ਐਸਾ ਪੂਰਨ ਵੈਦ ਤੇ ਸਤਿਗੁਰੂ ਹੈ ਹੋਰ ਕੋਈ ਨਹੀਂ ਜਿਹੜਾ ਕਿਰਪਾ ਕਰਕੇ ਦੱਸਦਾ ਹੈ ਪਿਆਰਿਓ ਜਿਨ੍ਹਾਂ ਲੋਕਾਂ ਨੇ ਮਨੁੱਖਾ ਜਨਮ ਵਿੱਚ ਆ ਕੇ ਨਾਰਾਇਣ ਦਾ ਸਿਮਰਿਓ ਮੋਇੋ ਸਵਾਦ ਬਿਕਾਰ ਨਾਰਾਇਣ ਦਾ ਸਿਮਰਨ ਨਹੀਂ ਕੀਤਾ ਇਹ ਜਿਹੜਾ ਨੰਨਾ ਹਹਾ ਹੈ ਆਮ ਤੌਰ ਤੇ ਦਾਸ ਦੇਖਦੇ ਕਿ ਪਾਠੀ ਪਾਠ ਕਰਨ ਸਮੇ ਇਹਨੂੰ ਨਹਿ ਬੋਲਦੇ ਪਰ ਦਾਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਇਸ ਸੋਚੀ ਉਤੇ ਪ੍ਰੇਰਣਾ ਪ੍ਰਾਪਤ ਹੋਈ ਹੈ ਕਿ ਇਹਨੂੰ ਨਹਿ ਨਹੀਂ ਬੋਲਣਾ ਇਹਦਾ ਉਚਾਰਨ ਨਾ ਕਰਨਾ ਨਹਿ ਉਚੋ ਹੈ ਗਾਜਿਤਨ ਨਾ ਹਾਈ ਨੂੰ ਸਿਆਰੀ ਗੁਰਬਾਣੀ ਵਿੱਚ ਇਹ ਸਰੂਪ ਨੰਨਾ ਹਾਈ ਨੂੰ ਸਿਆਰੀ ਵਾਲਾ ਬਹੁਤ ਵਾਰੀ ਮਿਲਦਾ ਪਰ ਇਹ ਜਿਹੜਾ ਨਾ ਹੈ ਇਹ ਦੋਵੇਂ ਅੱਖਰ ਮੁਕਤੇ ਹਨ ਇਹਨਾਂ ਨੂੰ ਨਹਿ ਬਣਾਉਣ ਦੀ ਮਰਿਆਦਾ ਨਹੀਂ ਪਰ ਲੋਕ ਪੱਕੇ ਗੁਰਦੇਵ ਫਰਮਾਉਂਦੇ ਨੇ ਨਾਰਾਇਣ ਨਾ ਸਿਮਰਿਓ ਜਿਨਾ ਮਨੁੱਖਾ ਨੇ ਮਨੁੱਖਾ ਜਨਮ ਵਿੱਚ ਆ ਕੇ ਉਸ ਨਾਰਾਇਣ ਦਾ ਸਿਮਰਨ ਨਹੀਂ ਕੀਤਾ ਮੋਇਓ ਸਵਾਦ ਬਿਕਾਰ ਮੋਇਓ ਇਸ ਹਾਇ ਨੂੰ ਥੋੜਾ ਜਿਹਾ ਆਵਾਜ਼ ਕਰਨੀ ਮੋਇਓ ਮੋਇਆ ਗਿਆ ਫਸ ਗਿਆ ਬਿਕਾਰਾਂ ਦੇ ਸਵਾਦਾਂ ਵਿੱਚ ਫਸ ਜਾਂਦੇ ਇਹਦਾ ਮਤਲਬ ਨਾਰਾਇਣ ਦਾ ਸਿਮਰਨ ਨਾ ਕਰਨਾ ਜੋ ਹੈ ਇੱਕ ਬਹੁਤ ਵੱਡੀ ਭੁੱਲ ਹੈ ਇਹ ਬੜਾ ਘਾਟੇਵੰਦਾ ਮਾਰਗ ਹੈ ਵਿਕਾਰਾਂ ਦੇ ਸਵਾਦਾਂ ਵਿੱਚ ਮੋਏ ਜਾਣ ਦਾ ਇਹ ਵੀ ਕਾਰਨ ਤੇ ਨਾਲ ਹੀ ਦੱਸਿਆ ਕਿ ਇਸ ਦਾ ਰਿਜ਼ਲਟ ਕੀ ਨਿਕਲੇਗਾ ਨਾਨਕ ਨਾਮ ਵਿਸਾਰੇ ਹੈ ਨਰਕ ਸੁਰਗ અવਤਾਰ ਨਾਨਕ ਜੀ ਫਰਮਾਉਂਦੇ ਹਨ ਨਾਮ ਬਿਸਾਰਿਆ ਦੇਖੋ ਜੇ ਰਾਰੇ ਨੂੰ ਬਿਹਾਰੀ ਹੋਵੇ ਤੇ ਰੀ ਬਿਹਾਰੀ ਬਿਸਾਰਿਆ ਹੋਵੇ ਇੱਥੇ ਰਾਰੇ ਨੂੰ ਸਿਆਰੀ ਹੈ ਇਹਦਾ ਮਤਲਬ ਹੈ ਕਿ ਇਹ ਕੰਮ ਕਰਨ ਦੇ ਨਾਲ ਉਹਦਾ ਫਲ ਇਹ ਮਿਲੇ ਨਾਨਕ ਨਾਮ ਬਿਸਾਰੇ ਹੈ ਪਰਮਾਤਮਾ ਦੇ ਨਾਮ ਨੂੰ ਪੁਲਾਉਣ ਕਰਕੇ ਫਿਰ ਉਸ ਪੁਲਾਉਣ ਵਾਲੇ ਦੀ ਦਸ਼ਾ ਕੀ ਹੋਵੇਗੀ ਨਰਕ ਸੁਰਗ ਅਵਤਾਰ ਬਸ ਉਹ ਨਰਕਾਂ ਤੇ ਸੁਰਗਾਂ ਵਿੱਚ ਪੈਂਦਾ ਰਹੇਗਾ ਭਾਵ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜਾਏ ਪਿਆ ਦੇਸ਼ ਨੇ ਫਿਰ ਪਤਾ ਨਹੀਂ ਇਹ ਢੇੜਾ ਕਦੋਂ ਮੁਕੇ ਪਤਾ ਨਹੀਂ ਇਹ ਮਨੁੱਖਾ ਜਨਮ ਮੁੜ ਕੇ ਕਦੋਂ ਮਿਲੇ ਇਸੇ ਈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਨਿ ਐਸਾ ਹਰ ਨਾਮ ਨਾ ਚੀਤਿਓ ਸੇ ਕਾਹੇ ਜਗਾਏ RAM ਰਾਜੇ ਮਨੁੱਖ ਜਨਮ ਦੁਲੰਭ ਹੈ ਨਾਮ ਬਿਨਾ ਮਿਰਥਾ ਸਭ ਜਾਏ ਹੁਣ ਬਤੈ ਹਰ ਨਾਮ ਨਾ ਭੀਜਿਓ ਅੱਗੇ ਭੁੱਖਾ ਕੀ ਖਾਏ ਮਨ ਮੁੱਖਾ ਨੂੰ ਫਿਰ ਜਨਮ ਹੈ ਨਾਨਕ ਹਰ ਪਾਏ ਨਾਰਾਇਣ ਨਾ ਸਿਮਰਿਓ ਮੋਇਓ ਸਵਾਦ ਬਿਕਾਰ ਨਾਨਕ ਨਾਮ ਬਿਸਾਰੇ ਨਰਕ ਸੁਰਗ ਅਵਤਾਰ ਦੇਖੋ ਖਾਂਦੇ ਤਾਂ ਸਾਰੇ ਹਨ ਪਰ ਜਿਨ੍ਹਾਂ ਮਨੁੱਖਾਂ ਦੀ ਇਹ ਬਿਰਤੀ ਬਣ ਜਾਂਦੀ ਉਹ ਹਰ ਵੇਲੇ ਚਸਕਿਆਂ ਤੇ ਸਵਾਦਾਂ ਵਿੱਚ ਪੈ ਰਹੇ ਮੈਂ ਆ ਨਹੀਂ ਖਾਣਾ ਮੈਂ ਉਹ ਖਾਣਾ ਮੇਰੇ ਲਈ ਆ ਬਣਾਓ ਮੇਰੇ ਲਈ ਆ ਬਣਾਓ ਭਗਤ ਕਬੀਰ ਜੀ ਨੇ ਬੜਾ ਖੂਬਸੂਰਤ ਨਕਸ਼ਾ ਖਿੱਚ ਕੇ ਸੀ ਅੱਖਾਂ ਐਸੋ ਅਚਰਜ ਦੇਖੇ ਉਹ ਕਬੀਰ ਦਦ ਕਹਿ ਭੋਲੇ ਬਿਰੋਲੇ ਨੀਰ ਹਰੀ ਅੰਗੂਰੀ ਗਧ ਹਚਰੇ ਨਿਤ ਉਟ ਹੱਸੇ ਹਿੰਗੇ ਮਰੇ ਆਮਨੁੱਖਾਂ ਦੀ ਮਰਤੀ ਦੇਖੀ ਨਹੀਂ ਸਵੇਰੇ ਉੱਠਦਿਆਂ ਸਾਰ ਘਰ ਵਿੱਚ ਆਰਡਰ ਦੇਣਗੇ ਮੈਨੂੰ ਇਹ ਬਣਾਓ ਇਹ ਖਵਾਓ ਮੈਂ ਆ ਖਾਣਾ ਹਰੀ ਅੰਗੂਰੀ ਤੋਂ ਪਾਵੈ ਚੰਗੇ ਚੋਖੇ ਪਦਾਰਥ ਕਨ ਨੇ ਨਿੱਤੇ ਉੱਠ ਹੱਸੇ ਹਿੰਗੇ ਮਰੇ ਸਾਰਾ ਦਿਨ ਫਿਰ ਹਾ ਹੂ ਹੂ ਕਰਦੇ ਖੋਤਿਆਂ ਵਾਂਗੂ ਹੀਂਗਦੇ ਤੇ ਮਰਦੇ ਤੇ ਜੇ ਕੋਈ ਸਮਝਾਉਣ ਦਾ ਯਤਨ ਕਰੇ ਬਈ ਤੁਸੀਂ ਚੰਗਾ ਚੋਖਾ ਖਾ ਰਿਆ ਹੁਣ ਕੋਈ ਪਰਮਾਤਮਾ ਦਾ ਨਾਮ ਵੀ ਲੈ ਲਓ ਕਬੀਰ ਜੀ ਕਹਿੰਦੇ ਫਿਰ ਪਤਾ ਕੀ ਜੋਬ ਮਾਤਾ ਪੈਸਾ ਅਮੋਹਾ ਜਾਏ ਕੁਦ ਕੁਦ ਚਰੇ ਰਸਾ ਤਲ ਪਾਏ ਜਿਵੇਂ ਮਸਤਿਆ ਹੋਇਆ ਝੋਟਾ ਜਿਉ ਨੂੰ ਕੋਈ ਰੋਕਣ ਦਾ ਯਤਨ ਕਰੇ ਤੇ ਅਗੋਂ ਮਾਰਨ ਨੂੰ ਪੈਂਦਾ ਇਸ ਤਰ੍ਹਾਂ ਉਲਟੇ ਜਵਾਬ ਦਿੰਦੇ ਨੇ ਤੇਰੇ ਘਰੋਂ ਖਾਣਾ ਤੇਰੇ ਕੋਲੋਂ ਲੈ ਕੇ ਖਾਣਾ ਆਪਣਾ ਖਾਣਾ ਖਾਊਂਗਾ ਮਰੂੰਗਾ ਮਾਤਾ ਪੈਸਾ ਅਮੋਹਾ ਜਾਏ ਕੁਦ-ਕੁਦ ਚਰੈ ਰਸਾ ਤਲ ਪਾਏ ਕਉ ਕਬੀਰ ਪ੍ਰਗਟ ਪਈ ਖੇਡ ਲੀਲੇ ਕੋ ਚੁੰਘੈ ਨਿਤ ਭੇਡ ਅਖਾ ਮਰਿਆਦਾ ਤੇ ਇਹ ਹੈ ਕਿ ਲੀਲਾ ਭੇਡ ਨੂੰ ਚੁੰਗ ਲਵੇ ਇਹ ਠੀਕ ਹੈ ਪਰ ਜਦੋਂ ਭੇਡ ਲੀਲੇ ਨੂੰ ਚੁੰਗਣ ਲੱਗ ਪਵੇ ਇਹ ਬੜੀ ਅਚਰਜ ਬਾਤ ਬੁੱਧੀ ਰੂਪੀ ਭੇਡ ਮਨ ਰੂਪੀ ਲੈਣੇ ਦੇ ਪਿੱਛੇ ਲੱਗੇ ਨਤੀਜਾ ਕੀ ਨਿਕਲਦਾ ਨਾਰਾਇਣ ਨਾ ਸਿਮਰਿਓ ਮੋਇਓ ਸਵਾਦ ਬਿਕਾਰ ਨਾਨਕ ਨਾਮ ਵਿਸਾਰੇ ਹੈ ਨਰਕ ਸੁਰਗ ਅਵਤਾਰ ਪੌੜੀ ਨੌਮੀ ਨਵੇਂ ਛੇਦਰ ਅਪਵੀਤ ਨੌਵੀਂ ਛੇਤੋਂ ਮਹਾਰਾਜ ਸਿਖਿਆ ਦਿੰਦੇ ਨੇ ਇਹੋ ਜਿਹੇ ਬੰਦਿਆਂ ਦੀ ਹਾਲਤ ਹੋ ਜਾਂਦੀ ਹੈ ਨਵੇਂ ਖਿਦਰ ਖਿਦਰ ਦੇ ਅਖਰੀ ਅਰਥ ਨੇ ਮੋਰੀ ਸਾਡੇ ਸਰੀਰ ਵਿੱਚ ਵੀ ਨੌ ਗੋਲ ਕਹਨ ਦੋ ਅੱਖਾਂ ਦੀਆਂ ਮੋਰੀਆਂ ਦੋ ਨੱਕ ਦੀਆਂ ਮੋਰੀਆਂ ਦੋ ਕੰਨਾਂ ਦੀਆਂ ਮੋਰੀਆਂ ਇੱਕ ਮੂੰਹ ਅਤੇ ਲਿੰਗੇ ਗੁਦਾ ਇਹ ਨੌ ਛੇਦਰ ਹਨ ਇਹ ਨੌ ਮੋਰੀਆਂ ਹਨ ਜਿਹੜੇ ਬੰਦੇ ਪ੍ਰਮਾਤਮਾ ਦਾ ਨਾਮ ਭੁੱਲ ਜਾਂਦੇ ਨੇ ਉਹਨਾਂ ਦੀਆਂ ਇਹ ਨੌਵੇਂ ਮੋਰੀਆਂ ਅਪਵਿੱਤ ਭਾਵ ਪਵਿੱਤਰਤਾ ਦੇ ਉਲਟ ਅਪਵਿੱਤ ਹੈ ਪੜਾ ਖਾਂਦੇ ਨੇ ਪੜਾ ਦੇਖਦੇ ਨੇ ਪੜਾ ਸੁਣਦੇ ਨੇ ਪੜਾ ਬੋਲਦੇ ਨੇ ਉਹਨਾਂ ਦੀਆਂ ਇਹ ਨੌਵੇਂ ਗੋਲ ਕਾਂ ਪਹਿੜੇ ਕਮਾ ਵਿੱਚ ਲੱਗੀਆਂ ਰਹਿੰਦੀਆਂ ਨੌਵੀਂ ਨਵੇਂ ਛੇਦਰ ਅਪਵੀਤ ਹਰ ਨਾਮ ਨਜਪੈ ਕਰਤ ਵਿਪਰੀਤ ਕਦੇ ਵੀ ਉਹ ਪਰਮਾਤਮਾ ਦਾ ਨਾਮ ਨਹੀਂ ਜਪਦੇ ਕਰਤ ਵਿਪਰੀਤ ਇਕ ਉਹ ਹੁੰਦੀ ਹੈ ਰੀਤ ਮਰਿਆਦਾ ਜੋ ਸਾਨੂੰ ਮਨੁੱਖਾਂ ਨੂੰ ਕਰਨੀ ਚਾਹੀਦੀ ਥੀ ਪਰ ਵਿਪਰੀਤ ਦਾ ਮਤਲਬ ਹੈ ਉਲਟ ਰੀਤ ਭੈੜੇ ਕੰਮ ਕਰਨਾ ਜਦੋਂ ਵੇਖੋ ਚੰਗਾ ਚੋਖਾ ਖਾਣਾ ਤੇ ਭੈੜਾ ਬੋਲਣਾ ਤੇ ਭੈੜੇ ਕੰਮ ਕਰਨਾ ਨਾਮ ਨਾ ਜਪਣ ਕਰਕੇ ਉਹਨਾਂ ਦੀ ਇਹ ਹਾਲਤ ਬਣੀ ਰਹਿੰਦੀ ਹੈ ਨੌਮੀ ਨਵੇਂ ਛੇਦਰ ਅਪਵੀਤ ਹਰ ਨਾਮ ਨਾ ਜਪੈ ਕਰਤ ਵਿਪਰੀਤ ਪਾਰਤਰੇ ਰਮੈ ਬਕੈ ਸਾਧਨਿੰਦ ਇਹ ਉਹਨਾਂ ਦੇ ਲੱਛਣ ਹਨ ਪਾਰਤਰੇ ਇਹਨੂੰ ਤ੍ਰਿਆ ਨਹੀਂ ਬੋਲਣਾ ਪਾਰਤਰੇ ਦਾ ਮਤਲਬ ਹੈ ਪਰਾਈਆਂ ਇਸਤਰੀਆਂ ਨੂੰ ਰਮੈ ਭੋਗਦੇ ਹੈ ਤਤਾਂ ਉਹਨਾਂ ਦੇ ਅੰਦਰ ਇਹੋ ਜੀ ਭੈੜੀ ਲਾਲਸਾ ਬਣੀ ਰਹਿੰਦੀ। ਦੇਖੋ ਸੀ ਗ੍ਰਸਤੀ ਹਾਂ ਗ੍ਰਸਤੀ ਲਈ ਆਪਣੇ ਧਰਮ ਵਿੱਚ ਰਹਿਣਾ ਜ਼ਰੂਰੀ ਹੈ। ਪਰ ਜਿਹੜੇ ਲੋਕ ਇਸ ਤਰ੍ਹਾਂ ਦੀ ਭੈੜੀ ਸੋਚ ਦੇ ਮਾਲਕ ਹੋ ਜਾਂਦੇ ਉਹ ਇਹਨਾਂ ਸਾਰੀਆਂ ਪਵਿੱਤਰ ਮर्यादाਾਂਵਾਂ ਨੂੰ ਉਲੰਘ ਜਾਂਦੇ। ਔਰ ਉਹਨਾਂ ਦਾ ਜੀਵਨ ਉਸ ਨਰਕੀ ਕੀੜੇ ਵਰਗਾ ਬੰਦਾ ਭਰਤਰੀ ਨਮ ਬਕੈ ਸਾਧ ਨਿੰਦ ਸਾਧਾ ਮਤਲਬ ਨੇਕ ਬੰਦਿਆਂ ਦੀ ਨਿੰਦਿਆ ਕਰਦੇ ਜਦੋਂ ਵੇਖੋ ਉਹਨਾਂ ਦੀ ਰਸਨਾ ਤੋਂ ਕਦੇ ਕੋਈ ਚੰਗੀ ਗੱਲ ਨਹੀਂ ਨਿਕਲੇ ਜਿੱਥੇ ਬੈਠਣਗੇ ਪੈੜੀਆਂ ਗੱਲਾਂ ਕਰਨਗੇ ਚੰਗੇ ਬੰਦਿਆਂ ਦੀ ਨਿੰਦਿਆ ਕਰਨੀ ਉਹਨਾਂ ਦੀ ਵਾਦੀ ਆਦਤ ਬਣ ਜਾਂ ਕਰਨ ਨਾ ਸੁਣਈ ਹਰ ਜਸ ਬਿੰਦ ਬਿੰਦ ਕਰਨ ਥੋੜੇ ਜੇ ਸਮੇਂ ਵਾਸਤੇ ਵੀ ਕਰਨ ਨਾ ਸੁਣਈ ਆਪਣੇ ਕੰਨਾਂ ਦੇ ਨਾਲ ਕਦੇ ਪ੍ਰਮਾਤਮਾ ਦਾ ਨਾਮ ਨਹੀਂ ਸੁਣਦੇ ਜਿੱਥੇ ਪੈੜੀਆਂ ਗੱਲਾਂ ਹੁੰਦੀਆਂ ਹੋਣ ਜਿੱਥੇ ਕਿਸੇ ਦੀ ਨਿੰਦਾ ਚੁਗਲੀ ਬਖੀਲੀ ਹੁੰਦੀ ਹੋਵੇ ਉੱਥੇ ਭਾਵੇਂ ਉਹਨਾਂ ਨੂੰ ਕਿੰਨੀ ਦੇਰ ਬਿਠਾਈ ਰੱਖੋ। ਔਰ ਐਸੀਆਂ ਐਸੀਆਂ ਗੱਲਾਂ ਕੱਢ ਕੇ ਲਿਆਉਣਗੇ ਕਿ ਤੁਸੀਂ ਸੁਣ ਕੇ दंग ਹੋ ਜਾਓਗੇ। ਪਰ ਮਹਾਰਾਜ ਕਹਿੰਦੇ ਨੇ ਇਹ ਸਾਰਾ ਕੁਝ ਕਿਉਂ ਹੈ? ਸਿਰਫ ਪਰਮਾਤਮਾ ਦਾ ਨਾਮ ਨਾ ਸਿਮਰਨ ਕਰ। ਜਿਹੜੇ ਬੰਦੇ ਪਰਮਾਤਮਾ ਦੀ ਪਹਿ ਭਗਤੀ ਵਿੱਚ ਰਹਿੰਦੇ ਨੇ। ਜਿਹੜੇ ਮਰਿਆਦਾ ਵਿੱਚ ਰਹਿੰਦੇ ਨੇ। ਉਹ ਕਦੇ ਗਲਤ ਕੰਮ ਨਹੀਂ ਕਰਦੇ। ਇਹ ਨਾਮ ਨਾ ਜਪਣ ਕਰਕੇ ਉਹਨਾਂ ਦੀ ਇਹ ਹਾਲਤ ਨੌਮੀ ਨਵੇਂ ਖੇਧਰ ਅਪਬੀਤ ਹਰ ਨਾਮ ਨਾ ਜਪੈ ਕਰਤ ਬਪਰੀਤ ਪਰ ਦਰੇ ਰਮੇ ਬਕੈ ਸਾਧਨਿੰਦ ਕੰਨ ਨਾ ਸੁਨੈ ਹਰ ਜਸ ਬਿੰਦ ਥੋੜੇ ਸਮੇਂ ਲਈ ਵੀ ਕਦੇ ਉਹ ਆਪਣੇ ਕੰਨਾਂ ਦੇ ਨਾਲ ਪਰਮਾਤਮਾ ਦਾ ਨਾਮ ਨਹੀਂ ਸੁਣਦੇ ਹੀ ਨਹੀਂ ਸਿਮਰਦੇ ਹੀ ਨਹੀਂ ਔਰ ਹਰ ਭੈੜਾ ਕੰਮ ਕਰਨ ਵਾਸਤੇ ਤਿਆਰ ਰਹਿੰਦੇ ਬਾਣੀ ਵਿੱਚ ਮਹਾਰਾਜ ਨੇ ਤਸਵੀਰ ਖਿੱਚ ਕੇ ਸਮਝਾਈ ਕਿ ਬੁਰੇ ਕੰਮ ਕੋ ਉੂਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਔਸਰੇ ਆਪਣਾ 부ਜੇ ਨਾ ਈਆਨਾ ਜੜ ਆਪਣੀ ਆਪ ਉਪਾੜੀਗੀਓ ਆਪਣੀ ਜੜ ਆਪ ਹੀ ਪਟ ਲੈਣ ਪਰਦਰਮੇ ਬਕੈ ਸਾਧਨਿੰਦ ਕੰਨ ਨਾ ਸੁਨਈ ਹਰ ਜਸ ਬਿੰਦ ਹਿਰੇ ਪਰਦਰ ਉਦਰ ਕਹਿ ਤਾਈ ਹਿਰੇ ਤੋਂ ਭਾਵ ਚਰਉਂਦੇ ਹਨ ਪਰਦਰ ਦੂਜਿਆਂ ਦਾ ਤਾਂ ਦੇਖੋ ਆਪਣੀ ਦਸਾਂ ਨੋਆਂ ਦੀ ਕਿਰਤ ਕਰਨੀ ਕੋਈ ਮਾੜੀ ਗੱਲ ਨਹੀਂ। ਨੇਕ ਕਮਾਈ ਕਰਨੀ ਮਾੜੀ ਗੱਲ ਨਹੀਂ। ਗੁਰੂ ਨਾਨਕ ਬਾਛਾ ਨੇ ਟਿੱਕੇ ਕਿਰਤ ਕਰੋ। ਨਾਮ ਜਪੋ, ਵੰਡ ਛਕੋ। ਪਰ ਇਹ ਜਿਹੜੀ ਹੈਲਾ ਫੇਰੀ ਹੈ। ਇਹ ਜਿਹੜੇ ਝੂਠ ਬੋਲ ਕੇ ਝੂਠੀਆਂ ਸੁਗੰਧਾਂ ਚੁੱਕੇ। ਪੋੜੇ ਪਾਰੇ ਲੋਕਾਂ ਨੂੰ ਧੋਖੇ ਨਾਲ ਪਸਾਉਣਾ ਤੇ ਲੁੱਟਣਾ ਉਹਨਾਂ ਦੇ ਕੰਮ ਇਹੋ ਜੇ ਹਨ। ਹਿਰੇ ਪਰਦਰਭ ਉਧਰ ਕਹਿ ਤਾਈ ਆਪਣੇ ਢਿੱਡ ਭਰਨ ਲਈ ਆਪਣੇ ਖਾਣ ਪੀਣ ਤੇ ਮौजਾਂ ਵਾਸਤੇ ਦੁਨੀਆਂ ਨੂੰ ਠੱਗਦੇ ਹਨ। ਪਰ ਮਹਾਰਾਜ ਕਹਿੰਦੇ ਨੇ ਅਗਰ ਨ ਨਿਭਰੇ ਤ੍ਰਿਸ਼ਨਾ ਨਾ बुझਾਈ ਇਸ ਤਰ੍ਹਾਂ ਦੇ ਯਤਨ ਕਰਦੇ ਆ ਕਰਦੇ ਆ ਉਨਾਂ ਦੇ ਅੰਦਰ ਜਿਹੜੀ ਪਦਾਰਥਾਂ ਦੀ ਪ੍ਰਾਪਤੀ ਦੀ ਅਗ ਲੱਗੀ ਹੋਈ ਹੈ ਜਿਸ ਨੂੰ ਅਸੀਂ ਤ੍ਰਿਸ਼ਨਾ ਕਹਿੰਦੇ ਆ ਉਹ ਕਦੇ ਬੁਝਦੀ ਨਹੀਂ ਨਿਵਰਤ ਉਹ ਭਾਵਨ ਨਿਵਰਤ ਨਹੀਂ ਹੁੰਦੀ ਦੂਰ ਨਹੀਂ ਹੁੰਦੀ ਉਹਨਾਂ ਦੀ ਤ੍ਰਿਸ਼ਨਾ ਰੂਪੀ ਅਗ ਅੱਗੇ ਨਾਲੋਂ ਜ਼ਿਆਦਾ ਪ੍ਰਜਵਲਤ ਹੋ ਜਾਂਦੀ ਬਾਣੀ ਵਿੱਚ ਲਿਖਿਆ ਹੈ ਤ੍ਰਿਸ਼ਨਾ ਬਿਰਲੇ ਹੀ ਕੀ ਬੁਜੀਏ ਕੋਟ ਜੋਰੇ ਲਾ ਕਰੋਰੇ ਮੰਨਾ ਹੋਰੇ ਪਰੇ ਪਰੇ ਹੀ ਕੋਲ ਜੀਏ ਸੁੰਦਰ ਨਾਰੀ ਅਨੰਗ ਪ੍ਰਕਾਰੀ ਪਰਗ੍ਰੇ ਬਿਕਾਰੀ ਬੁਰਾ ਭਲਾ ਨਹੀਂ ਸਜੀਏ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਕੀ ਕਰ ਰਹੇ ਜੇ ਉਹਨਾਂ ਨੂੰ ਕੋਈ ਸਮਝਾਉਣ ਦਾ ਯਤਨ ਕਰੇ ਉਦੇ ਵੀ ਅਕੂ ਗੱਲ ਪੈਂਦੇ। ਤੋ ਗੱਲ ਕੀ ਮਾਛੈ ਨੇ ਸਮਝਾਇ। ਨਾਰਾਇਣ ਨ ਸਿਮਰਿਓ ਮੋਇਓ ਸਵਾਦ ਬਿਕਾਰ। ਨਾਨਕ ਨਾਮ ਵਿਸਾਰੇ ਨਰਕ ਸੁਰਗ ਅਵਤਾਰ। ਹਿਰੇ ਪਰਦਰਭ ਉਦਰ ਕਹਿ ਤਾਈ। ਅਗਰ ਨ ਨਿਭਰੇ ਤ੍ਰਿਸ਼ਨਾ ਨ ਬੁਝਾਈ। ਉਹਨਾਂ ਦੀ ਅੱਗ ਕਦੇ ਬੁਝਦੀ ਨਹੀਂ ਉਹ ਸਦਾ ਕਲਪਦੇ ਰਹਿੰਦੇ ਉਹਨਾਂ ਨਾਲ ਕਦੇ ਗੱਲ ਕਰਕੇ ਵੇਖੋ ਉਹਨਾਂ ਦੀ ਕਲਪਨਾ ਕਦੇ ਮੁੱਕਦੀ ਨਹੀਂ ਹੁਣ ਮਾਰੇ ਨਤੀਜਾ ਕੱਢ ਲੈ ਹਰ ਸੇਵਾ ਬਿਨ ਇਹ ਫਲ ਲਾਗੇ ਹਰੀ ਦੀ ਸੇਵਾ ਕੀਏ ਹਰੀ ਦਾ ਸਿਮਰ ਹਰੀ ਦੇ ਬੰਦਿਆਂ ਨਾਲ ਠਗੀਆਂ ਨਾ ਕਰਨੀਆਂ ਸਭ ਨਾਲ ਚੰਗਾ ਵਰਤਾਓ ਕਰਨ ਪਰ ਹਰੀ ਦੀ ਸੇਵਾ ਨਾ ਕਰਨ ਕਰਕੇ ਉਹਨਾਂ ਦੇ ਜੀਵਨ ਰੂਪੀ ਬਿਰਛ ਨੂੰ ਇਹੋ ਜੇ ਫਲ ਲੱਗਦੇ ਹਰ ਸੇਵਾ ਬਿਨ ਇਹ ਫਲ ਲਾਗੇ ਨਾਨਕ ਪ੍ਰਭ ਵਿਸਰਤ ਮਰ ਜਮੈ ਅਭਾਗੇ ਨਾਨਕ ਜੀ ਫਰਮਾਉਂਦੇ ਨੇ ਪ੍ਰਭ ਬਿਸਰਤ ਪਰਮਾਤਮਾ ਨੂੰ ਭੁੱਲ ਜਾਣ ਕਰਕੇ ਉਹ ਆਪਾਗੇ ਬਦਕਿਸਮਤ ਇਨਸਾਨ ਮਰਦੇ ਹਨ ਤੇ ਜੰਮਦੇ ਹਰ ਬਿਸਰਤ ਸਦਾ ਖੁਵਾਰੀ ਉਹਨਾਂ ਨੂੰ ਹਮੇਸ਼ਾ ਖੁਵਾਰੀ ਵਾਲੀ ਅਵਸਥਾ ਵਿੱਚ ਰਹਿਣਾ ਪੈਂਦਾ ਤਾਂ ਦੇਖੋ ਇੱਕ ਸਲੋਕ ਤੇ ਪਉੜੀ ਵਿੱਚ ਗੁਰੂ ਪਾਤਸ਼ਾਹ ਨੇ ਉਹਨਾਂ ਬਿਮਾਰੀਆਂ ਦੇ ਚੰਮੜਨ ਦਾ ਕਾਰਨ ਵੀ ਸਮਝਾ ਦਿੰਦਾ ਉਹਦਾ دارو ਵੀ ਦੱਸ ਦਿੰਦਾ ਇਹ ਸ਼ਲੋਕ ਅਤੇ ਪਉੜੀ ਨੂੰ ਧਿਆਨਪੂਰਵਕ ਪੜ੍ਹ ਕੇ ਵਿਚਾਰ ਕੇ ਆਪਣੇ ਜੀਵਨ ਤੇ ਤਾਰੀ ਨਾਰਾਇਣ ਨਾਲ ਸਿਮਰਿਓ ਮੋਇਓ ਸਵਾਦ ਬਿਕਾਰ ਨਾਨਕ ਨਾਮ ਵਿਸਾਰੇ ਹੈ ਨਰਕ ਸੁਰਗ ਅਵਤਾਰ ਦਾਸ ਨੂੰ ਗੁਰਬਾਣੀ ਦੀ ਵਿਚਾਰ ਕਰਦਿਆਂ ਸਮਝਾਈਏ ਕਿ ਗੁਰਬਾਣੀ ਇੱਕ ਸ਼ੀਸ਼ਾ ਹੈ ਜਿਵੇਂ ਅਸੀਂ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਆਪਣੀ ਦਸਤਾਰ ਦੇਖਦੇ ਹਾਂ ਆਪਣਾ ਚਿਹਰਾ ਮੋਹਰਾ ਦੇਖਦੇ ਹਾਂ ਕਿ ਕਿਧਰੇ ਲੋਕ ਇਹ ਨਾ ਕਹਿਣ ਇਹਦੀ ਸ਼ਕਲ ਕਿਹੋ ਜੀ ਹੈ ਇਹਦੀ ਦਸਤਾਰ ਕਿਹੋ ਜੀ ਕਈ ਕਈ ਧੇਰ ਖੜੇ ਹੋ ਕੇ ਸ਼ੀਸ਼ੇ ਦੇ ਸਾਹਮਣੇ ਆਪਣਾ ਆਪ ਸਵਾਰਨ ਦਾ ਯਤਨ ਕਰ ਇਸੇ ਤਰ੍ਹਾਂ ਹਰ ਗੁਰਸਿੱਖ ਮਾਈ ਭਾਈ ਪ੍ਰੇਮੀ ਨੂੰ ਗੁਰਬਾਣੀ ਰੂਪੀ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਆਪਣੇ ਜੀਵਨ ਉੱਤੇ ਪਰਚੋਲਮੀ ਝਾਤ ਨਜ਼ਰ ਮਾਰਨੀ ਚਾਹੀਦੀ ਕਿੰਨੇ ਅਸੀਂ ਵੀ ਅੰਮ੍ਰਿਤ ਵੇਲਾ ਭੁੱਲ ਕੇ ਨਿਤਨੇਮ ਭੁੱਲ ਕੇ ਬਾਣੀ ਨਾਲ ਜੁੜਨਾ ਭੁੱਲ ਕੇ ਗਲਤ ਕੰਮਾਂ ਵਿੱਚ ਲੱਗ ਕੇ ਆਪਣੇ ਲਈ ਇਹ ਮਰਨ ਤੇ ਜੰਮਣ ਦਾ ਲੰਮਾ ਗੇੜਾ ਤੇ ਨਹੀਂ ਸੇੜ ਰੇ ਤਾਂ ਸਾ ਸੰਗਤ ਵਿਚਾਰ ਕੋਈ ਬਹੁਤੀ ਔਖੀ ਨਹੀਂ ਜੇ ਸਮਝ ਵਿੱਚ ਆ ਜਾਏ ਫਿਰ ਇਹ ਗੱਲ ਯਾਦ ਰੱਖੀਏ ਕਿ ਹਰ ਸੇਵਾ ਬਿਨ ਇਹ ਫਲ ਲਾਗੇ ਨਾਨਕ ਪ੍ਰਭ ਮਿਸਰਤ ਮਰ ਜਮੈ ਅਪਾਕੇ ਭਾਈ ਆਪਾਂ ਬਦਕਿਸਮਤ ਨਾ ਪਣੀ। ਗੁਰੂ ਅਕੀਰ ਅਰਦਾਸ ਕਰੀਏ। ਏ ਵਾਹਿਗੁਰੂ ਸਾਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ੋ। ਨਿਤਨੇਮ ਦੀਆਂ ਦਾਤਾਂ ਬਖਸ਼ੋ। ਭਲੇ ਪੁਰਖਾਂ ਦੀ ਸੰਗਤ ਬਖਸ਼ੋ। ਤਾਂ ਜੋ ਅਸੀਂ ਹਰ ਵੇਲੇ ਤੁਹਾਡੀ ਪਹਿ ਭਗਤੀ ਵਿੱਚ ਰਹਿ ਕੇ ਆਪਣਾ ਜੀਵਨ ਸਫਲ ਬਣਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹ। oh